ਉਹ ਮੁਰਸ਼ਿਦਾਂ ਜਿੱਥੇ ਮੁਰਸ਼ਿਦ ਬਹਿ ਜਾਣ ਉਹ ਜਗ੍ਹਾ ਮੁਬਾਰਕ, ਜਿਹੜੇ ਕੱਪ ਨੂੰ ਹੱਥ ਲਾ ਦੇਣ ਉਹ ਕੱਪ ਮੁਬਾਰਕ, ਜਿਹੜੇ ਸ਼ਹਿਰ 'ਚ ਰਹਿਣ ਉਹ ਸ਼ਹਿਰ ਮੁਬਾਰਕ, ਅਤੇ ਜਿਹੜਾ ਮੁਰਸ਼ਿਦ ਨੂੰ ਹੱਥ ਲਾ ਜਾ ਲੈ ਗਿਆ ਮੇਰੇ ਮਗਰੋਂ। ਸ਼ਾਦੀ ਮੁਬਾਰਕ 'ਚੋਂ ਕਿੰਨੇ ਬੱਚੇ ਮੁਬਾਰਕ ਹੋਏ ਨੇ? ਮਾਸ਼ਾਅੱਲਾ 16 ਸਾਲ ਦਾ ਸਾਡਾ ਹੈਗਾ ਵੀ 16, ਉਹ ਮਰ ਜਾਣੀ ਦਿਆ ਕਿਹੜਾ ਆਸਤਾਨਾ, ਮੈਂ ਸਿੰਗਲ ਮਰੀਜ਼ ਹੀ ਹਾਂ ਆਸਤਾਨਾ। ਪੈਰਾਂ ਦੇ ਸਦਕੇ ਅਜ਼ੀਮ ਹੋਏ ਆ, ਸਾਡੀ ਕੀ ਕਾਤ ਏ? ਅੱਛਾ ਪੈਰ, ਉਹ ਪੈਰ ਉਹਨੂੰ ਤੋੜ ਦੇ ਨਹੀਂ, ਇਹ ਮੁਰਸ਼ਿਦ ਪਾਕ ਚੰਦਿਆਂ ਦੇ ਚੱਲਦੇ ਨੇ। ਉਹ ਤੂੰ ਅੰਨਾ, ਤੈਨੂੰ ਮੈਂ ਕਹਿਣ ਦਿਆਂ ਮੈਂ ਇਕੱਲਾ ਮਰੀਜ਼ ਹਾਂ, ਮੇਰੇ ਹੀ ਮੁਰਸ਼ਿਦ ਨੇ ਕਿਹੜੇ, ਉਹ ਪੀਰ ਜਿੱਥੇ ਨਿਗਾਹ ਮਾਰ ਦੇਣ ਉਹ ਸਾਰੀਆਂ ਜਾਇਦਾਦਾਂ ਸਾਡੀਆਂ ਹੋ ਜਾਂਦੀਆਂ, ਇਹਦਾ ਗੱਦੀ ਨਸ਼ੀਨ ਵੀ ਮੈਂ ਹੀ ਹਾਂ ਅਤੇ ਸਾਰਾ ਕੁਛ ਮੈਂ ਹੀ ਹਾਂ। ਕੋਈ ਮੇਰੇ ਵਰਗਾ ਹੋਰ ਵੀ ਮਰੀਜ਼ ਦਾ ਸਲਾਮ ਅਲੈਕੁਮ ਨਾਜ਼ਰੀਨ, ਆਪਕਾ ਮੇਜ਼ਬਾਨ ਰਾਣਾ ਆਫਤਾਬ ਆਪਕੀ ਖਿਦਮਤ ਮੇਂ ਹਾਜ਼ਰ, ਔਰ ਆਪ ਦੇਖ ਰਹੇ ਸੀ ਐਨ ਡਿਜੀਟਲ ਨੈਟਵਰਕ। ਨਾਜ਼ਰੀਨ, ਆਜ ਆਪਕੀ ਮੁਲਾਕਾਤ ਪਾਕਿਸਤਾਨ ਕੀ ਅਜ਼ੀਮ ਹਸਤੀ ਰਣ ਮੁਰੀਦ, ਜੋ ਆਪਣੀ ਬੇਗਮ ਕੀ ਖਿਦਮਤ ਕਰਤੇ ਹੈ, ਖਿਦਮਤ ਕਰਕੇ ਫੈਜ਼ ਪਾਤੇ ਹੈ, ਉਹਨਾਂ ਨੇ ਦੋ ਬੱਚੇ ਵੀ ਪਾਏ ਹੈ ਉਨਸੇ, ਔਰ ਬੜੇ ਕਰੋੜਪਤੀ ਹੋ ਗਏ ਬੇਗਮ ਕੀ ਖਿਦਮਤ ਕਰ ਕਰਕੇ। ਤੋ ਆਜ ਹਮ ਉਨਕੇ ਘਰ ਕੇ ਬਾਹਰ ਮੌਜੂਦ ਹੈ, ਪਤਾ ਚੱਲਾ ਜ਼ਰਾਏ ਸੇ ਕਿ ਉਨਕਾ ਘਰ ਯਹੀ ਹੈ, ਬੱਚੇ ਖੇ ਰਹੇ ਥੇ ਉਨਸੇ ਬਾਤ ਵੀ, ਔਰ ਦਰਵਾਜ਼ਾ ਨੋਕ ਕਰਕੇ ਜਾ ਕੇ ਅੰਦਰ ਦੇਖਤੇ ਹੈ ਕਿ ਵਾਕਿਆ ਵੋ ਆਪਣੀ ਬੇਗਮ ਕੀ ਖਿਦਮਤ ਕਰਤੇ, ਆਪਣੀ ਰਣ ਕੀ ਖਿਦਮਤ ਕਰਤੇ, ਕਿ ਇਹ ਸਿਰਫ ਨਾਟਕ ਹੋਤਾ। ਤੋ ਆਏ ਅੰਦਰ ਚਲਤੇ ਹੈ, ਯਹੀ ਦਰਵਾਜ਼ਾ, ਯਹੀ ਘਰ ਹੈ ਨਾ ਜੀ? ਬਈ ਯਹੀ ਹੈ ਘਰ। ਠੀਕ ਹੈ, ਦਰਵਾਜ਼ਾ ਨੋਕ ਕਰਕੇ ਦੇਖਤੇ ਅੰਦਰ ਜਾ ਕੇ, ਅੰਦਰ ਜਾ ਕੇ ਦੇਖਤੇ ਹੈ ਨਾ ਕਿ ਨੋਟਕ ਇਹ ਨਾਟਕ ਕਰਤੇ ਹੈ ਕਿ ਵਾਕਿਆ ਬੇਗਮ ਕੀ ਖਿਦਮਤ ਕਰਤੇ ਹੈ। ਤੋ ਆਏ ਆਏ ਕੈਮਰਾਮੈਨ ਚਲਤੇ ਅੰਦਰ, ਉਹ ਖੋਲ ਦਿਓ ਦਰਵਾਜ਼ਾ। ਅਸਲਾਮ ਖਰਾਬ ਕਰਨਾ ਹੈ ਸਾਡਾ, ਆਰਾਮ ਦਾ ਦਿਨ ਹੈ ਅੱਜ। ਨਹੀਂ ਕੈਮਰਾਮੈਨ ਕੋ ਤੋਂ ਲੈ ਆਏ, ਮਿਹਰਬਾਨੀ ਆਪਕੀ ਯਾਰ, ਬੜੇ ਇੰਟਰਵਿਊ ਦੇਖੇ ਆਪਕੇ, ਕਿਆ ਵਾਇਰਲ ਜਾ ਰਹੇ ਸੋਸ਼ਲ ਮੀਡੀਆ ਤੇ, ਵਾਇਰਲ ਜਾ ਰਹੇ ਤੇ ਮੈਂ ਤੈਨੂੰ ਫੈਜ਼ ਕਿਉਂ ਦਵਾਂ ਮਾਮਾ? ਗੁੱਸਾ ਕਰਕੇ ਗੁੱਸਾ ਮੇਰੀ ਬੁੱਢੀ, ਮੇਰੀ ਮੈਂ ਉਹਨੂੰ ਪੀਰ ਮੰਨਾ, ਮੁਰਸ਼ਿਦ ਮੰਨਾ? ਸਾਡੇ ਰਿਵਿਊਵਰਸ ਨੇ ਉਹ ਕਹਿ ਰਹੇ ਨੇ ਇੱਕ ਵਾਰੀ ਸਾਡੀ ਬੇਗਮ ਨਾਲ ਮਿਲਣਾ, ਇੱਕ ਬਲਕਿ ਪੀਰ ਸਾਹਿਬ ਨਾਲ ਮਿਲਣਾ ਯਾਰ, ਨਾ ਜ਼ਿੱਦ ਕਰ ਯਾਰ ਆਫਤਾਬ ਬਈ, ਫਿਰ ਕਿਸੇ ਦਿਨ ਆ ਜੀ, ਮੇਰਾ ਨਾਮ ਵੀ ਜਾਣ ਦੇ ਲਾ, ਤਾਂ ਮੈਨੂੰ ਸੋਸ਼ਲ ਮੀਡੀਆ 'ਤੇ ਵੇਖਿਆ ਹੋਣਾ ਹੈ ਨਾ। ਉਹ ਬਈ ਤੂੰ ਸਾਡਾ ਵੀਰ ਹੈ, ਤੂੰ ਮੀਡੀਆ ਦਾ ਮਸ਼ਹੂਰ ਐਂਕਰ ਹੈ, ਅਸੀਂ ਤੈਨੂੰ ਕਿਉਂ ਨਹੀਂ ਜਾਣਦੇ, ਤੂੰ ਸਾਡੀ ਜਿੰਦ ਜਾਨ ਹੈ, ਪਰ ਮਸਲਾ ਇਸ ਚੀਜ਼ ਦਾ, ਪੀਰ ਦਾ ਮਿਲਵਾ ਦਿਓ, ਪੀਰ ਸਾਹਿਬ, ਉਹ ਪੀਰ ਸਾਹਿਬ, ਚੱਲ ਯਾਰ ਹੁਣ ਕੀ ਕਵਾਂ, ਆਵਾਂ ਤੁਹਾਡੇ ਨਾਲ, ਆਇਓ ਐ ਵਾਕਈ, ਆਇਓ ਆਇਓ ਆਇਓ, ਗਲਮੇ ਤੋਂ ਪੜਨੇ ਜਾ ਕੇ, ਤੁਹਾਡੇ ਹੀ ਪੀਰ ਨੇ, ਸਾਡੇ ਹੀ ਪੀਰ, ਸਾਡੇ ਹੀ ਮੋਹਤਲਾ, ਮੈਂ ਕਹਿੰਦਾ ਮੈਂ ਜ਼ਿਆਰਤ ਕਰਨੀ, ਹੁਣ ਮੈਂ ਤੈਨੂੰ ਲੈ ਕੇ ਚੱਲਾਂ, ਤੇ ਤੂੰ ਤੇਰੀ ਲੈ ਇੱਕ ਵਾਰੀ ਵੇਖਣਾ ਚਾਹ ਰਿਹਾ, ਤੁਸੀਂ ਪੀਰ ਸਾਹਿਬ ਨੂੰ ਜਗਾਓ, ਅਸੀਂ ਵੇਖਣਾ ਨਹੀਂ ਮਾਮਾ, ਜ਼ਿਆਰਤ ਜ਼ਿਆਰਤ ਕਰਨਾ ਚਾਹ ਰਿਹਾ ਪੀਰ ਸਾਹਿਬ ਦੀ, ਇੱਕ ਹੀ ਮਿਲਵਾ ਦਿਓ। ਚਲੋ ਜੀ ਨਾਜ਼ਰੀਨ, ਰਣ ਮਰੀਦ ਸਾਹਿਬ, ਪੀਰ ਸਾਹਿਬ, ਰਣ ਮਰੀਦ ਕੌਣ ਹੈ ਮਾਮਾ, ਮੁਰਸ਼ਦ ਨੇ ਮੁਰਸ਼ਦ ਮਰੀਦ ਸਾਹਿਬ ਜਾ ਰਹੇ ਨੇ ਮੁਰਸ਼ਦ ਸਾਹਿਬ, ਮੁਰਸ਼ਦ ਮੁਰਸ਼ਦ ਸਾਹਿਬ ਨੂੰ ਉਠਾਉਣ, ਅਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਕਿਸਮ ਦੀ ਮੁਬਾਰਕ ਪਿੱਛੇ ਹੋ ਜਾਏ, ਇੱਕ ਮਿੰਟ। ਲਓ ਜੀ ਨਾਜ਼ਰੀਨ, ਬਿਲਾਖਰ ਕੁੱਟਮਾਰ ਖਾ ਕੇ, ਛਿੱਤਰ ਪੋਲਾ ਕਰਾ ਕੇ, ਪੌੜੀਆਂ ਚੜ੍ਹ ਕੇ, ਹੁਣ ਉੱਤੇ ਆ ਗਏ, ਹੁਣ ਮੁਰਸ਼ਦ ਪਾਕ ਦੀ ਜ਼ਿਆਰਤ ਵਾਸਤੇ ਚੱਲ ਰਹੇ ਹਾਂ, ਚਾਰ ਦੁਆਰੀ ਦਾ ਤਕੱਦਸ ਵੀ ਨਹੀਂ ਵੇਖਣਾ, ਆਪੇ ਵੀ ਕਿਹਾ ਮੁਰਸ਼ਦ ਨੂੰ ਠਾਣ ਜਾ ਰਹੇ, ਤੇ ਠਾਣ ਜਾ ਰਹੇ, ਤੂੰ ਤੈਨੂੰ ਮੈਂ ਉਠਾਉਂਦਿਆਂ ਦੀ ਸ਼ਕਲ ਵੀ ਵਿਖਾਣੀ, ਤੁਸੀਂ ਠਾਓ, ਮੈਂ ਤੇ ਮੈਂ ਕਿਹਾ ਚਲੋ ਮੈਂ ਲੋਕ ਕੇ ਜਾ ਜਾ ਯਾਰ, ਉੱਥੇ ਖਲੋ ਜਾ ਯਾਰ, ਮੈਂ ਠਾ ਲੈਣਾ ਵਾ, ਠਾਓ ਨਾ ਨਾਜ਼ਰੀ ਦਾ ਬਾਈ, ਅੰਦਰ ਨਾ ਨਹੀਂ ਨਹੀਂ ਮੈਂ ਨਹੀਂ, ਜਾਨਜੀ ਜਾਨਜੀ ਹਾਂਜੀ ਮੇਰੀ ਜਾਨ, ਜਾਨਜੀ ਉੱਠ ਜਾਓ, ਉੱਠ ਜਾਓ ਨਾ ਜਾਨ, ਹਾਂਜੀ ਹੋ ਗਏ ਨੇ ਜਾਨ ਕੰਮ, ਬਰਤਨ ਵੀ ਧੋਤਾ, ਬਾਥਰੂਮ ਵੀ ਧੋਤਾ, ਕੱਪੜੇ ਵੀ ਧੋਤੇ ਨੇ, ਤੱਪੜੀ ਵੀ ਲਾਤੀ ਹੈ ਜੀ ਜਾਨ, ਮੈਂ ਉਹ ਪਰ ਇਹਨਾਂ ਨੂੰ ਫੋਕਾ ਪਾਣੀ ਨਹੀਂ ਪਿਆਣਾ। ਅੱਛਾ ਜਾਨ ਜੀ ਉੱਠ ਜਾਓ, ਫਿਰ ਇਹਨਾਂ ਨੂੰ ਮਗਰੋਂ ਲਾ ਦਈਏ, ਛੋਟਾ ਜਿਹਾ ਇੰਟਰਵਿਊ ਦੇ ਦਿਓ, ਚਲੋ ਉੱਠ ਜਾਓ, ਤੁਹਾਡੀ ਮਿਹਰ ਪੁਰਸ਼ ਪਾਕ, ਚਲੋ ਮਗਰੋਂ ਲਾ ਦਿਆ ਮੇਰੇ।
मुर्शद पाक दे पैर दा साइज़ छे हो गए कितना साज़ ए 10 नंबर ही सिर च बड़ा वजना तेरे भैड़ी शक्ल वाले किथों आ गए साडा हो गए खराब आओ जाओ लो जी मुर्शद पाक बह गए ने ते मरीज साहब खिदमत दे विच पेश पेश ने ते आपां वी नाल बहने फिर आपां वी अपना चूरन वेचने सलाम अलैकुम बह ही असीं वी बहियो भाई बहियो अच्छा जी चलो जी ओ थल्ले वड़ ओ इन्ना गुस्सा मेंटल आदमी इन्ना गुस्सा क्यों कर गए ये नहीं तेरी कात हैगी उत्थे बहन दी मैं कहा मैं भी मुर्शद को फैज ले लवां फैज तेन मैं छित्तर ना मतलब मैं मुर्शद ने छित्तर ना दिया अपने बुल वेख ते पीरां दे पैर वेख पैरां दा हुसन चेक कर किड्डे गोरे चिट्टे ते अपने बुल वेख किड्डे भैड़े उहनां दे नाल ना तुसीं वी बड़े खूबसूरत तुहाडी खूबसूरती दा की राज ऐ पैरां दी वेख्या नहीं पैरां दी पैरां ते तलियां ते चुक के लियाया ऐ खाक ऐ वेख ऐ खाक लाने बस ऐ ही रहा कोई क्रीम नहीं हैगी चेक अपना काला बूथा वेख ते मेरा वेख ऐ पीरां दे फैज़ ने कमलिया ते पीर हुणां को फैज़ भी हासिल कर रहे ते तू अन्ना तेरे सामने गोरा चिट्टा रंग ब्रांडेड सूट अपना वे 250 वाला पाया आई ओ मामा 250 दा मेंबर होया दसो किन्ना अरसा हो गया शादी नु शादी मुबारक नु शादी पाक नु तेरा ज़ेन है जुतियां खान दा शादी ओ शादी मुबारक ते शादी मुबारक च किन्ने बच्चे मुबारक होए ने माशाल्लाह 16 साल दा साडा हैगा बे 16 ओ मर जानी दिया केड़ा आस्ताना मैं सिंगल मरीज ही हाँ आस्ताना इंदा गद्दी नशीन भी मैं ही हाँ तो सारा कुछ मैं ही हाँ कोई मेरे वर्गा होए भी मरीज फैल पिछे रख तेरा मैक भी ठरकी है नहीं नहीं मैक मेरा ना ते उत्ते क्यों ला मेरा मैक भी फैज हासिल करन ना भी चैलेंज फैज हासिल करन दे है ते कोई और मैं फिर गल हो ही आ जंदी कोई और फैज हासिल करना चाहे कोई और खिदमत ओ क्यों चावे मैं तेनु चंगा नहीं लगदा क्यों चावे तुसी नहीं चांदे क्योंकि और मरी किसी और मरीज दा भी फायदा हो जावे नहीं बड़े भांडे च अपने अपने पीर फड़ो पीर अपना अपना मैं तेनु अपना पीर क्यों देआं मामा दिन रात खिदमत कर दे कि तू अन्ना मुर्शद पाक दी शान च गुस्ताखी ते नहीं करांगे सी मैनू दसो कि मैं तुहाडा इंटरव्यू भी वेख्या सी उहदे विच तुसी फरमाया सी कि मैं नहीं फरमाया वड़ जे मुर्शदा वास्ते फरमाया इस्तेमाल हुंदा नामा कूला कितों तू मीडिया की डिग्री ले साडी अजीम हस्ती तुसी नहीं मैं कादी अजीम हस्ती हां सोशल मीडिया ते बड़े ओए पैर पैरां दे सदके अजीम होए आ साडी की कात है अच्छा पैर ओ पैर ओनु तोड़ दे नहीं ओए साडा वापस दे दे गिट लै पागल जे ना होवे ते मैं सुने अगर हो चलो गल फिर उ आ जाने मुर्शद पाक के फैज ना तुसी बड़ा कुछ हासिल किया करोड़पति बन गए सिंगर बन गए तो ये कि प्लाजे खरीदे ने गड्डी भी लै लीए अच्छा हाँ जी हाँ तेन गड्डी ली बी आर भी मुर्शद पाक ना दे मैं अच्छा मुर्शद पाक चंदिया के चलते ने तू अन्ना तेनू मैं कह दिया मैं कला मरीज हाँ मेरे ही मुर्शद ने केड़े वो पीर जिथे निगाह मार दिन सारिया जायदात साड़िया हो जाएं ऐ फैज वाले पीर फड़े ने ऐ चंदे वाले पीर नहीं है कि आओ तो चंदे पाओ नहीं चलो चंदे ना पाओ वैसे इस तरह हो सकता है मुर्शद बाग ले जाना हो कि कम फसया हो जाके मुर्शद बाग की नज़रें करम हो मुर्शद पाक की नज़र मुर्शद पाक की नज़रें करम होएगी ना तो कम बड़े चल जाए जा अपना को मुर्शद ले जा मैं अपनी बुढ़ी तेन क्यों दया तो कोई बैत करना चाहे मेरे को तू चित्र खाएगा है खच्चे ही है तेनू मैं घर वड़न दिता इतवार का दिन तू आके साडा होलीडे खराब किया फैज हाचल करना चाहे और मुर्शदा जिथे मुर्शद बह जाए जगह मुबारक जेड़े कप न हथ ला दे कप मुबारक जेड़े शहर च रहन वो शहर मुबारक ते जेड़ा मुर्शद नु हथ ला जाके जा ला जा मेरे मगरों नहीं जरा मुर्शद नु वेख ले निगाह मुबारक हूँ मैं इस गल वेख ही लैंना वा हूँ तेरे आने कढ़ देने आने कढ़ देने कितों आ जाते ठरकी हो मुर्शद पाक इस टाइम तुहाडे तों राजी ने अलहमदुल्ला राजी ने ते मुर्शद पाक कभी इस तरह होया मुर्शद पाक गुस्से च होना मूड ऑफ होवे तुहानू उन्होंने छंड के रखता होवे
ਉਹ ਬੇਵਕੂਫਾ ਖੁਸ਼ਕਿਸਮਤੀ ਹੁੰਦੀ ਹੈ, ਅਸੀਂ ਤਾਂ ਤਰਸਨੇ ਹਾਂ ਕਿ ਮੁਰਸ਼ਦ ਹੁਰੀ ਠੁੱਡੇ ਮਾਰਨ ਹੈ। ਤੈਨੂੰ ਤੈਨੂੰ ਦੱਸਿਆ ਨਹੀਂ ਕਿ ਪੱਥਰੀ ਸੀ ਖੱਬੇ ਗੁਰਦੇ 'ਚ, ਮੁਰਸ਼ਦਾਂ ਨੇ ਠੁੱਡੇ ਮਾਰੇ ਨੇ। ਇੱਥੇ ਹੀ ਬਹਿ, ਇੱਥੇ ਹੀ ਬਹਿ, ਉੱਧਰ ਬੜਾ ਭੱਜਣ ਦਿਆ। ਮੈਂ ਕਿਹਾ ਮੁਰਸ਼ਦ ਦੇ ਨਾਲ ਬਹਿੰਦੇ, ਇੱਥੇ ਤੇਰਾ ਹੱਥ ਟੁੱਟਦਾ, ਇੱਥੇ ਮੈਂ ਕਰ ਲੈ ਮੁਰਸ਼ਦ ਸਾਹਿਬ। ਉਹ ਮੁਰਸ਼ਦ ਕਿਉਂ ਮਰਨਾ ਤੂੰ ਮੇਰੇ ਹੱਥੋਂ, ਸੀ ਐਮ ਐਲ ਏ ਤੁਹਾਡਾ ਮਰ ਜਾਣਾ ਜੇ, ਆਹ ਪਕੌੜਾ ਜੇ ਆ ਜਿਹਨੂੰ ਭੇਜਤਾ ਜੇ, ਫਿਰ ਮੇਰੇ 'ਤੇ ਕੇਸ ਹੋਏਗਾ, ਮੀਡੀਆ ਦਾ ਐਂਕਰ ਮਾਰਤਾ ਪਿੱਛੇ ਕੌਰ ਨੂੰ। ਮੁਰਸ਼ਦ ਪਾਗੜਾ ਗੱਲ ਕਰਦੀ ਹੈ, ਸਲਾਮ ਅਲੈਕੁਮ ਮੁਰਸ਼ਦ ਪਾਗ, ਬਲਕਿ ਆਦਾਬ 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 ਮੁਰਸ਼ਦ ਪਾਗ। ਇੱਕ ਛੋਟਾ ਜਿਹਾ ਸਵਾਲ ਹੈ, ਅਗਰ ਤੁਹਾਡਾ ਮਰੀਜ਼ ਗੁੱਸਾ ਨਾ ਕਰੇ ਤਾਂ, ਮੁਰਸ਼ਦ ਪਾਗ ਤੁਹਾਨੂੰ ਇਸ ਮਰੀਜ਼ ਦੀ ਤਾਰ ਵੀ ਠਰਕੀ ਕੰਜਰ ਦੀ, ਪਿੱਛੇ ਲਾ ਰਹੇ ਨੇ, ਲੱਤ ਵੀ ਨਾਲ ਲਾ ਗਈ ਮੁਰਸ਼ਦ ਪਾਗ। ਪਿੱਛੇ ਤੁਹਾਡਾ ਮਰੀਜ਼ ਕਿਉਂ ਇੰਨਾ ਖਰਾਬ ਹੈਗਾ, ਸਾਨੂੰ ਗੱਲ ਵੀ ਨਹੀਂ ਕਰਨ ਦੇ ਰਿਹਾ? ਮੇਰੇ ਪਿਆਰ ਨੇ ਇਹਨੂੰ ਇੰਨਾ ਖਰਾਬ ਕੀਤਾ ਹੋਇਆ, ਸਿਰੇ ਚੜਾਇਆ ਹੋਇਆ। ਮੁਰਸ਼ਦ ਪਾਗ ਤੁਹਾਨੂੰ ਕਿਹੜੀ ਸ਼ੈ ਇਹਦੇ ਵਿੱਚ ਪਸੰਦ ਆਈ? ਇਹ ਤਾਂ ਬੜੇ ਗੁੱਸੇ, ਬਸ ਇਹਨਾਂ ਦਾ ਗੰਜਾ ਪਾਣੀ ਪਸੰਦ ਆਇਆ ਜਿਹੜਾ ਨਜ਼ਰ ਆ ਰਿਹਾ। ਅੱਛਾ, ਇਹਦੇ ਪਿੱਛੇ ਵੀ ਰਾਜ਼ ਹੈਗਾ, ਮੈਂ ਸੁਣਿਆ ਕਿ ਤੁਸੀਂ ਚਿੱਤਰ ਪੋਲਾ ਕਰ ਕਰਕੇ ਵਾਲ ਡਾ ਠੁੱਡੇ ਮਾਰ ਮਾਰ ਕੇ ਮੈਂ ਇਹਨਾਂ ਦੇ ਵਾਲ ਇੱਥੋਂ ਡਾਏ ਹੋਏ ਨੇ। ਅੱਛਾ ਮੁਰਸ਼ਦ ਪਾਗ, ਕਦੀ ਇਸ ਤਰ੍ਹਾਂ ਹੋ ਗਿਆ ਹੋਵੇ ਕਿ ਤੁਹਾਨੂੰ ਇਹਨਾਂ ਦੀ ਕੋਈ ਗੱਲ ਸਹੀ ਨਾ ਲੱਗੀ ਹੋਵੇ, ਇਹਨਾਂ ਕੋਈ ਕੰਮ ਪੁੱਠੇ ਲੱਗਿਆ ਤਾਂ ਸਾਰੇ ਕੰਮ ਹੀ ਪੁੱਠੇ ਨੇ, ਤੁਸੀਂ ਇਹਨੂੰ ਕੁੱਟ ਕੇ ਰੱਖਦਾ ਹੋਵੇ ਮਜ਼ੀਦ? ਹਾਂ, ਮੈਂ ਬਹੁਤ ਕੁੱਟਣੀ ਹਾਂ, ਠੁੱਡੇ ਵੀ ਪੈਂਦੇ ਨੇ, ਮੁੱਕੇ ਚਪੇੜਾਂ ਸਾਰਾ ਕੁਛ ਪੈਂਦਾ। ਅਤੇ ਤੁਸੀਂ ਇਹਨਾਂ ਕੋਲੋਂ ਕਿਹੜਾ ਕਿਹੜਾ ਕੰਮ ਕਰਵਾਉਂਦੇ ਹੋ? ਮੈਂ ਇਹਨਾਂ ਕੋਲੋਂ ਘਰ ਦੇ ਸਾਰੇ ਕੰਮ ਕਰਵਾਉਂਦੀ ਹਾਂ, ਤੱਪੜੀਆਂ, ਝਾੜੂ, ਬਰਤਨ, ਨਾਸ਼ਤਾ, ਖਾਣਾ, ਸਾਰੇ ਕੰਮ ਕਰਦੇ। ਠੀਕ ਹੈ ਜੀ, ਠੀਕ ਹੈ ਜੀ। ਮੁਰਸ਼ਦ ਪਾਗ ਨਾਲ ਵੀ ਗੱਲ ਹੋ ਗਈ, ਅਮਰੀਸ਼ ਸਾਹਿਬ ਨਾਲ ਵੀ, ਦੋਵਾਂ ਨੇ ਮਿਲ ਕੇ ਨਾ ਇੱਕ ਮੈਸੇਜ ਦੇਣਾ ਅੱਜ ਦੀ ਵੀਡੀਓ ਦਾ। ਨਾਜ਼ਰੀਨ, ਅੱਜ ਦੀ ਵੀਡੀਓ ਦਾ ਜਿਹੜਾ ਸਹੀ ਮੈਸੇਜ ਉਹ ਐਂਡ 'ਤੇ ਹੁਣ ਇਹਨਾਂ ਦੇ ਦੋਵਾਂ ਦੇ ਥਰੂ ਲਾਂਗੇ ਕਿ ਦੱਸਣ ਕੀ ਮੈਸੇਜ ਦੇਣਾ ਚਾਹੁੰਦੇ। ਯਾਰ, ਮੇਰਾ ਮੈਸੇਜ ਇਹੀ ਹੈ ਕਿ ਲੋਕ ਮੁਝ ਪੇ ਬੜਾ ਕ੍ਰਿਟਿਸਿਜ਼ਮ ਕਰਤੇ ਹੈ ਕਿ ਜੀ ਇਹ ਬੀਵੀ ਕੀ ਰਨ ਮਰੀਦੀ ਕਰਤਾ ਹੈ, ਯੇ ਕਰਤਾ ਹੈ। ਇਸਮੇ ਮੈਂ ਨਹੀਂ ਕਹਿਤਾ ਕਿ ਕੋਈ ਯੇ ਵਿਊਜ਼ ਲੈਣੇ ਕੇ ਲੀਏ ਮੈਨੇ ਕੰਟੈਂਟ ਕ੍ਰੀਏਟ ਕੀਆ, ਐਸੀ ਕੋਈ ਬਾਤ ਨਹੀਂ ਹੈ। ਦੇਖੇ, ਜੋ ਬੀਵੀ ਹੋਤੀ ਹੈ, ਜਿਸ ਤਰ੍ਹਾਂ ਹਮਾਰਾ ਯੇ ਇੱਕ ਨਜ਼ਰੀਆ ਹੈ ਕਿ ਹਮਾਰੀ ਮਾਂ ਕੇ ਕਦਮੋਂ ਮੇਂ ਜੰਨਤ ਹੋਤੀ ਹੈ, ਬਿਲਕੁਲ ਮਾਂ ਕਾ ਬੜਾ ਇਹਤਰਾਮ ਹੈ, ਉਨਕੀ ਇੱਜ਼ਤ ਹੈ, ਹਮ ਉਨਕੇ ਪੈਰੋਂ ਕੀ ਖਾਕ ਹੈ। ਲੇਕਿਨ ਆਪ ਯੇ ਦੇਖੇਂ ਕਿ ਜੋ ਆਪਕੀ ਬੀਵੀ ਹੈ ਉਸਕੇ ਪਾਓਂ ਮੇਂ ਵੀ ਜੰਨਤ ਹੈ। ਅਬ ਮੁਝਸੇ ਲੋਕ ਸਵਾਲ ਕਰੇਂਗੇ ਕਿ ਜੀ ਕੌਣ ਸੀ ਜੰਨਤ ਹੈ, ਯੇ ਮਾਂ ਕੋ ਬੀਵੀ ਸੇ ਮਿਲਾ ਰਹਾ ਹੈ। ਤੋ ਮੇਰੇ ਭਾਈ, ਅਗਰ ਆਪਕੀ ਮਾਂ ਕੇ ਕਦਮੋਂ ਮੇਂ ਆਪਕੀ ਜੰਨਤ ਹੈ, ਤੋ ਆਪਕੀ ਬੀਵੀ ਕੇ ਕਦਮੋਂ ਮੇਂ ਆਪਕੇ ਬੱਚੋਂ ਕੀ ਜੰਨਤ ਹੈ। ਤੋ ਜੰਨਤ ਤੋ ਅੱਲਾਹ ਤਾਲਾ ਨੇ ਰੱਖ ਦੀ ਹੈ ਨਾ। ਤੋ ਯੇ ਅਬ ਮੈਂ ਕੋਈ ਇਸਲਾਮੀ ਪੁਆਇੰਟ ਆਫ ਵਿਊ ਪੇ ਨਹੀਂ ਜਾਊਂਗਾ, ਫਿਰ ਲੋਕ ਕ੍ਰਿਟੀਸਿਜ਼ਮ ਕਰੇਂਗੇ। ਜਿਸ ਤਰ੍ਹਾਂ ਆਪ ਯੇ ਤਵੱਕੋ ਕਰਤੇ ਹੈ ਨਾ ਕਿ ਮੇਰੀ ਬਹਿਣ, ਮੇਰੀ ਬੇਟੀ ਸ਼ਹਜ਼ਾਦੀਓਂ ਕੀ ਤਰ੍ਹਾਂ ਰਹੇ, ਯੇ ਵੀ ਕਿਸੀ ਆਪਕੀ ਵਾਈਫ ਜੋ ਹੋਤੀ ਹੈ ਵੋ ਵੀ ਕਿਸੀ ਕੀ ਬਹਿਣ ਬੇਟੀ ਹੋਤੀ ਹੈ, ਉਸਕੇ ਮਾਂ ਬਾਪ ਕੀ ਉਸਕੇ ਬਹਿਣ ਭਾਈਓਂ ਕੀ ਖਾਹਿਸ਼ ਹੋਤੀ ਹੈ ਕਿ ਵੋ ਵੀ ਹਮਾਰੀ ਜੋ ਬੇਟੀ ਹੈ ਵੋ ਵੀ ਰਾਨੀਓਂ ਕੀ ਤਰ੍ਹਾਂ ਰਹੇ, ਸ਼ਹਜ਼ਾਦੀਓਂ ਕੀ ਤਰ੍ਹਾਂ ਰਹੇ। ਔਰ ਯੇ ਛੋਟੀ ਛੋਟੀ ਚੀਜ਼ਾਂ, ਪਾਓਂ ਚੂਮਣਾ, ਹੱਥ ਚੂਮਣਾ, ਪਾਓਂ ਕੇ ਨੀਚੇ ਹੱਥ ਰੱਖਣਾ, ਯੇ ਇੱਕ ਛੋਟੇ ਛੋਟੇ ਮੂਵਮੈਂਟ ਹੋਤੇ ਹੈ, ਇੱਜ਼ਤ ਹੋਤੀ ਹੈ, ਇਹਤਰਾਮ ਹੋਤਾ ਹੈ। ਇਸੇ ਜਿਸ ਤਰ੍ਹਾਂ ਆਪ ਇਨਕੋ ਇੱਜ਼ਤ ਦੇਂਗੇ, ਕੱਲ ਕੋ ਆਪਕੀ ਬਹਿਣ ਬੇਟੀਓਂ ਕੋ ਵੀ ਇਸ ਤਰ੍ਹਾਂ ਇੱਜ਼ਤ ਮਿਲੇ। ਠੀਕ ਹੈ ਮੁਰਸ਼ਦ ਭਾਈ, ਇਸ ਮੌਕਾ ਪੇ ਆਪ ਵੀ ਕੋਈ ਪੈਗਾਮ ਦੇਣਾ ਚਾਹੇਂਗੇ? ਨਹੀਂ, ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਸਭ ਲੋਕ ਜੋ ਹੈ ਨਾ, ਜੋ ਮੀਆਂ ਬੀਵੀ ਜਿਤਨੇ ਵੀ ਮੁਝੇ ਦੇਖ ਰਹੇ ਹਾਂ, ਸਭ ਇੱਕ ਦੂਸਰੇ ਸੇ ਬਹੁਤ ਜ਼ਿਆਦਾ ਪਿਆਰ ਸੇ ਬਾਤ ਕੀਆ ਕਰੇਂ, ਪਿਆਰ ਸੇ ਰਹਾ ਕਰੇਂ, ਔਰ ਇੱਕ ਦੂਸਰੇ ਕੀ ਇੱਜ਼ਤ ਕੀਆ ਕਰੇਂ, ਔਰ ਜੋ ਹੈ ਨਾ ਬਸ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਗੁਜ਼ਾਰੇਂ। ਸੋ ਨਾਜ਼ਰੀਨ, ਇਹ ਥਾ ਆਜ ਕਾ ਹਮਾਰਾ ਪ੍ਰੋਗਰਾਮ। ਉਮੀਦ ਕਰਤੇ ਹੈਂ ਆਪਕੋ ਬਹੁਤ ਪਸੰਦ ਆਇਆ ਹੋਗਾ। ਇਸੀ ਕੇ ਸਾਥ ਆਪਣੇ ਮੇਜ਼ਬਾਨ ਰਾਣਾ ਆਫਤਾਬ ਕੋ ਦੇ ਇਜਾਜ਼ਤ, ਔਰ ਦੇਖਤੇ ਰਹੀਏ ਏਸੀਐਨ ਡਿਜੀਟਲ ਨੈਟਵਰਕ ਪਾਕਿਸਤਾਨ। ਪਾਇੰਦਾਬਾਦ।